ਦੁੱਖ ਤਾਂ ਹੁੰਦਾ ਹੀ ਹੈ, ਟਿਕਟ ਕੱਟੀ ਜਾਣੀ, ਕਿਉਂਕਿ ਦੁੱਖ ਇਸ ਕਰਕੇ ਨਹੀਂ ਹੁੰਦਾ ਵੀ ਟਿਕਟ ਕੱਟੀ ਗਈ ਹੈ, ਟਿਕਟ ਤਾਂ ਕਿਸੇ ਦੀ ਕੱਟ ਕੇ ਮੈਨੂੰ ਦਿੱਤੀ ਸੀ, ਮੇਰੀ ਕੱਟ ਕੇ ਕਿਸੇ ਹੋਰ ਨੂੰ ਦਿੱਤੀ, ਇਹ ਤਾਂ ਜ਼ਿੰਦਗੀ ਦਾ ਰੂਟੀਨ ਹੈ। ਦੁੱਖ ਇਸ ਗੱਲ ਦਾ ਹੁੰਦਾ ਵੀ 5 ਸਾਲ ਤੁਸੀਂ ਕੰਮ ਕਰਦੇ ਹੋ, ਲੋਕਾਂ ਨੂੰ ਆਪਣੇ ਨਾਲ ਜੋੜਦੇ ਹੋ, ਪਾਰਟੀ ਨਾਲ ਜੋੜਦੇ ਹੋ, ਉਹ ਲੋਕ ਵਿਚਾਰੇ ਇੰਨੇ ਦੁਖੀ ਹੋ ਜਾਂਦੇ ਨੇ ਬਾਅਦ 'ਚ ਵੀ ਹੁਣ ਕੋਈ ਨਵਾਂ ਬੰਦਾ ਆਊਗਾ, ਅਪਰੋਚੇਬਲ ਹੋਊਗਾ ਕਿ ਨਹੀਂ ਹੋਊਗਾ, ਅਸੀਂ ਕੀ ਕਰਾਂਗੇ, ਕਦੋਂ ਉਹਦੇ ਨਾਲ ਜਾਣ ਪਛਾਣ ਹੋਊਗੀ, ਕਦੋਂ ਸਾਡੇ ਕੰਮ ਹੋਣਗੇ, ਹਾਂਜੀ। ਅਤੇ ਇਸ ਕਰਕੇ ਉਹਨਾਂ ਦੇ ਜਿਹੜੇ ਟੈਲੀਫੋਨ ਨੇ ਬਾਰ ਬਾਰ, ਉਹ ਫਿਰ ਮਨ ਨੂੰ ਦੁਖੀ ਕਰਦੇ ਨੇ। ਹੋਰ ਕੋਈ ਗੱਲ ਨਹੀਂ ਹੈ, ਕਿਸੇ ਦੀ ਕੱਟ ਕੇ ਮੈਨੂੰ ਮਿਲੀ ਸੀਗੀ, ਮੇਰੀ ਕੱਟ ਕੇ ਕਿਸੇ ਨੂੰ ਦੇ ਦਿੱਤੀ ਆ, ਚਲੋ ਇਹ ਪਾਰਟੀ ਦਾ ਆਪਣਾ ਮੈਂ ਸਮਝਦਾ ਨੀਤੀ ਹੈ, ਪਾਰਟੀ ਦੀ ਉਹ ਕੀ ਕਹਿੰਦੀ ਹੈ ਕੀ ਕਰਦੀ ਹੈ। ਸਾਡੀ ਜਿਹੜੀ ਪਾਰਟੀ ਕਾਂਗਰਸ ਪਾਰਟੀ ਹੈ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ, ਇਹ ਇੱਕ ਮੈਂ ਸਮਝਦਾ ਵੀ ਅਨੁਸ਼ਾਸਨ 'ਤੇ ਚੱਲਣ ਵਾਲੀ ਪਾਰਟੀ ਹੈ, ਅਤੇ ਅਸੀਂ ਲੋਕ ਜਿਹੜੇ ਹਾਂ ਵਰਕਰ, ਅਸੀਂ ਅਨੁਸ਼ਾਸਨ ਦੇ ਵਿੱਚ ਰਹਿ ਕੇ ਅਸੀਂ ਕੋਈ ਇਸ ਗੱਲ 'ਤੇ ਕਿੰਤੂ ਪਰੰਤੂ ਕਰਨਾ ਠੀਕ ਨਹੀਂ ਸਮਝਦੇ। ਜੋ ਪਾਰਟੀ ਦਾ ਹੁਕਮ ਹੈ ਉਹ ਸਿਰ ਮੱਥੇ 'ਤੇ ਹੈ। ਸਿਆਣੇ ਕਹਿੰਦੇ ਨੇ ਬਈ ਮਤਲਬ ਸਰੇ ਤਸਲੀਮ ਖਮ ਹੈ ਜੋ ਮਿਜਾਜੇ ਯਾਰ ਮੇ ਆਏ, ਜੋ ਮਤਲਬ ਪਾਰਟੀ ਨੇ ਹੁਕਮ ਕਰਤਾ ਉਹ ਸਿਰ ਚੁਕਾ ਕੇ ਮੰਨ ਲਿਆ। ਇੱਕ ਮਹਿਲਾ ਕੋ ਉਮੀਦਵਾਰ ਬਣਾਉਣਾ ਕਿੰਨਾ ਸਹੀ ਹੈ, ਜਿੱਤ ਪਾਏਗੀ? ਜਿੱਤਣ ਦਾ ਜਾਂ ਹਾਰਨ ਦਾ ਜਿਹੜਾ ਤਾਲੁਕ ਹੈ, ਕਈ ਵਾਰੀ ਕਿਸਮਤ 'ਤੇ ਹੁੰਦਾ ਅਤੇ ਕਈ ਵਾਰੀ ਆਪਣੇ ਕੰਮ 'ਤੇ ਹੁੰਦਾ, ਅਤੇ ਕਈ ਵਾਰੀ ਕੈਂਡੀਡੇਟ 'ਤੇ ਵੀ, ਉਹ ਕਿੰਨੀ ਕੁ ਜ਼ੋਰ ਨਾਲ ਲੋਕਾਂ 'ਚ ਆਪਣੀ ਗੱਲ ਪਹੁੰਚਾ ਰਿਹਾ, ਉਹ ਕਿੰਨਾ ਕੁ ਲੋਕਾਂ ਨੂੰ ਮਿਲ ਰਿਹਾ, ਕਿੰਨਾ ਕੁ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ, ਅਤੇ ਇਹ ਸਾਰੀਆਂ ਗੱਲਾਂ ਇਸ ਗੱਲ 'ਤੇ ਡਿਪੈਂਡ ਕਰਦੀਆਂ। ਦੂਜੀ ਗੱਲ ਇਹ ਹੈ ਬਈ ਕੀ ਉੱਪਰ ਵਾਲਾ, ਮੇਰਾ ਮਤਲਬ ਮਾਲਕ ਪਰਮਾਤਮਾ ਖੁਦਾ, ਕੀ ਉਹਦੇ 'ਤੇ ਮਿਹਰਬਾਨ ਹੈ? ਜੇ ਉਹ ਮਿਹਰਬਾਨ ਹੈ ਫਿਰ ਉਹਨੂੰ ਕੋਈ ਹਰਾ ਨਹੀਂ ਸਕਦਾ, ਜੇ ਉਹ ਮਿਹਰਬਾਨ ਨਹੀਂ ਹੈ ਫਿਰ ਕੋਈ ਜਿਤਾ ਨਹੀਂ ਸਕਦਾ। ਜਬ ਪਾਰਟੀਆਂ ਟਿਕਟ ਨਹੀਂ ਦੇਤੀ ਤੋ ਦੂਸਰੀ ਪਾਰਟੀ ਸੰਪਰਕ ਕਰਤੀ ਹੈ, ਆਪਸੇ ਵੀ ਸੰਪਰਕ ਕੀਆ ਗਿਆ ਦੂਸਰੀ ਪਾਰਟੀਓਂ? ਕਮਲਜੀਤ, ਸਵਾਲ ਤੁਹਾਡਾ ਬੜਾ ਕਮਾਲ ਦਾ ਸਵਾਲ ਹੈ। ਚਲੋ, ਕਿਉਂਕਿ ਅੱਜ ਦੇ ਮੌਸਮ ਦੇ ਵਿੱਚ ਇਹ ਸਵਾਲ ਹੈ ਨਹੀਂ ਵੀ ਜ਼ਰੂਰੀ, ਕਿਉਂਕਿ ਇਹ ਜਿਹੜਾ ਮਹੀਨਾ ਹੈ ਔਰ ਜਿਹੜਾ ਮੌਸਮ ਹੈ, ਇਹ ਪਤਝੜ ਦਾ ਮੌਸਮ ਹੈ। ਹਾਂਜੀ, ਬੜੀ ਹਵਾ, ਜਰਾ ਕੁ ਹਵਾ ਚੱਲਦੀ ਹੈ ਪੱਤੇ ਝੜ ਜਾਂਦੇ ਨੇ, ਅਤੇ ਹੁਣ ਕਿਉਂਕਿ ਪਾਰਟੀਆਂ ਦੇ ਇਲੈਕਸ਼ਨ ਦੀ ਹਵਾ ਚੱਲਦੀ ਹੈ ਅਤੇ ਬੜਾ ਕੁਝ ਝੜ ਰਿਹਾ, ਪਰ ਮੈਂ ਸਮਝਦਾ ਬਈ ਜਿਹੜਾ ਟਾਹਣੀ ਤੋਂ ਜਿਹੜਾ ਪੱਤਾ ਗਿਰ ਗਿਆ ਉਹ ਫਿਰ ਉਹਦਾ ਕੋਈ ਟਿਕਾ ਤਾਂ ਹੁੰਦਾ ਨਹੀਂ ਹੈ। ਜਿੱਧਰੋਂ ਹਵਾ, ਜਿੱਧਰੋਂ ਹਵਾ ਚੱਲਦੀ ਹੈ ਉੱਧਰੋਂ ਤੁਰ ਜਾਂਦਾ, ਜੇ ਦੂਜੇ ਪਾਸੋਂ ਆ ਗਈ ਹੈ ਉੱਧਰੋਂ ਤੁਰ ਜਾਂਦਾ। ਅਤੇ ਮੈਂ ਸਮਝਦਾ ਬਈ ਜੇ ਕੋਈ ਔਫਰ ਆਉਂਦੀ ਵੀ ਹੈ ਅਤੇ ਮੈਂ ਉਹਨੂੰ ਸਵੀਕਾਰ ਨਹੀਂ ਕੀਤਾ ਅਤੇ ਨਾ ਮੈਂ ਕਰਨਾ ਹੈ। ਮੈਂ ਜਿੱਥੇ ਆਪਣੀ ਪਾਰਟੀ 'ਚ ਖੜ੍ਹਾਂ ਮੈਂ ਖੁਸ਼ ਹੈ ਔਰ ਖੜ੍ਹਾ ਰਹੂੰਗਾ। ਜਿਸ ਤਰੀਕੇ ਸੇ ਆਪਕੀ ਲੋਕ ਸਭਾ ਹਲਕੇ ਸੇ ਅਮਰਜੀਤ ਕੌਰ ਨੂੰ ਉਮੀਦਵਾਰ ਬਣਾਇਆ ਹੈ, ਕਿਆ ਆਪ ਉਨਕਾ ਸਾਥ ਦੇਂਗੇ, ਉਨਕੇ ਲਈ ਪ੍ਰਚਾਰ ਕਰੇਂਗੇ ਜਾਂ ਕਰਾਂਗੇ? ਪਾਰਟੀ ਜੋ ਮੈਨੂੰ ਹੁਕਮ ਕਰੂਗੀ ਮੈਂ ਉਹ ਕੰਮ ਕਰੂੰਗਾ, ਜਿੱਥੇ ਮੇਰੀ ਡਿਊਟੀ ਲਾਊਗੀ ਮੈਂ ਉਹ ਕੰਮ ਕਰੂੰਗਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।